ਲੋਕੀ ਹਸ਼ਰ ਦਿਹਾੜੇ ਤੋਂ ਖੌਫ ਖਾਂਦੇ ਤੇ ਸਾਡੇ ਵਾਸਤੇ ਉਸ ਦਿਨ ਈਦ ਹੋਣੀ ਹਾਜ਼ਰ ਰੱਬ ਦੀ ਬਾਰਗਾਹ ਦੇ ਵਿੱਚ ਹੋਣਾ ਨਾਲੇ ਸੋਹਣੇ ਮੁਹੰਮਦ ਦੀ ਈਦ ਹੋਣੀ ਹਾਜ਼ਰ ਰੱਬ ਦੀ ਬਾਰਗਾਹ ਵਿੱਚ ਹੋਣਾ ਨਾਲੇ ਸੋਹਣੇ ਮੁਹੰਮਦ ਦੀ ਤੇ ਰਹਿਮਤ ਲੱਭਦੀ ਫਿਰੇਗੀ ਹਸ਼ਰ ਮੈਦਾਨ ਅੰਦਰ ਉਹ ਗੰਜ ਸ਼ਕਰ ਦੀ ਜਿਹੜੀ ਮੁਰੀਦ ਹੋਣੀ ਇੱਕ ਦਿਨ ਵੇਖ ਲਈ ਅਸਗਰ ਤੂੰ ਆ ਕੇ ਹਰ ਪਾਸ ਫਰੀਦ ਫਰੀਦ ਹੋਣੀ ਦਰ ਦਰ ਤੱਕੇ ਤੂੰ ਖਾਵਾ ਕਿਉਂ ਜਾਵਾਂ ਦੇ ਦਰ ਸੋ ਰੱਬ ਦੀ ਮੈਂ ਵਾਰਸ ਨਹੀਂ ਮੈਂ ਵਾਰਸ ਮੇਰਾ ਗੰਜ ਸ਼ਕਲ ਨੀ ਮੈਂ ਲੜਦਾ ਵਾਦਾ ਫੜਿਆ
ਮੇਰੀ ਡਿਗੜੀ ਗੱਲ ਬਣਾਈ ਮੇਰੇ ਬਾਬਾ ਦਾ ਕਰਮ ਸੋਨਾ ਮੇਰੇ ਬਾਬਾ ਦਾ ਕਰਮ ਮੇਰੇ ਬਾਬਾ।
ਮੈਨੂੰ ਕਹੀ।